बड़े चेते आउंदे ने यार अणमुल्ले हवा दे बुल्ले ढोल वजदा दे अज दे सफर दे विच जस्सी गल कर रहा है शेरी मान दे नाल उनां दी एल्बम यार अणमुल्ले बारे गल्लां दा सिलसिला चल रहा है। तुहाडे इन्हां 14 ट्रैक्स दे विचों केड़ा गाना ऐसा रहा हैगा जिहदे उत्ते सब तों वध टाइम लगे? गाना जी तो सब तो वध टाइम लग्या एक इहदे विच गाना हैगा सुन पानी भर दिए नी उतानू वेख लै बदल घिर दे अज रब खुश होया ए जट्टां दे खेत सी सुके चिर दे जा पहुंच टिकाने ते अंबरी आउण कटावां तनियां सुन खंड मिशरिए नी रूप तेरा खुरजू आ गईयां कणियां। ये गाने नू जदों मैं लिखिया ते मैं खुद भी सैटिस्फाई नहीं सीगा, मैं चाहुंदा सी मैं होर इहदे विच कुछ ऐड करां हना तो लिखण वेले मैनू टाइम थोड़ा जा ज़्यादा लग गया क्योंकि मैं एक एक लाइन तो मैं चाहुंदा सी भी ये गाना वधिया बने सोहना बने। चाहांगा कि एक बारी गाके भी हो जाए। सुन पानी भर दिए नी उतानू वेख लै बदल किर दे अज रब खुश होया ए जट्टां दे खेत सी सुके चिर दे जा पहुंच टिकाने ते अंबरी आउण कटावां तनियां सुन खंड मिश्री गे नी रूप तेरा खुरजू आ गईयां कणियां सुन खंड मिश्री गे नी रूप तेरा खुरजू आ गईयां कणियां आ गईयां कणियां। अरे क्या बात है, थैंक यू जी। सवाल आ रहे सी मेरे दिमाग च, रैपिड फायर दा दौर है, स्कूल दे विच तुहाडा नाम कटण तक दी नौबत आ गई सी, की करन दा स्कूल दे विच? ਬਈ ਤੁਹਾਨੂੰ ਕਿਹਨੇ ਦੱਸਿਆ? ਨਹੀਂ ਇਹ ਤਾਂ ਮੈਂ ਬਾਅਦ ਚ ਦੱਸਦਾ ਨਾ, ਫਿਰ ਵੀ ਦੱਸੋ ਕੀ ਕਾਰਨ ਕੀ ਰਿਹਾ ਸੀ? ਨਹੀਂ ਪਰ ਮੈਨੂੰ ਗੱਲ ਤਾਂ ਦੱਸੋ ਹੋਈ ਕੀ ਆ? ਤੇ ਉਹੀ ਤਾਂ ਮੈਂ ਪੁੱਛ ਰਿਹਾ ਨਾ, ਨਾਮ ਕੱਟਣ ਤੱਕ ਦੀ। ਨਹੀਂ ਮੈਂ ਸੀਰੀਅਸਲੀ ਮੈਨੂੰ ਨਹੀਂ ਪਤਾ ਇਹਦੇ ਬਾਰੇ, ਪੜ੍ਹਾਈ ਵੱਲੋਂ ਹੀ ਹੋਊਗਾ ਮੇਰੇ ਖਿਆਲ, ਹੋਰ ਤਾਂ ਕੁਛ ਹੋ ਨਹੀਂ ਸਕਦਾ। ਚੀਟਿੰਗ ਵੀ ਤੁਹਾਨੂੰ ਪਤਾ ਵੀ ਨਕਲ ਵੀ ਆ ਕੱਲਾਂ ਵਾਲੀ। ਚਲੋ ਖੈਰ ਮੈਂ ਤੁੱਕਾ ਹੀ ਮਾਰ ਰਿਹਾ ਸੀਗਾ। ਨਹੀਂ ਮੈਂ ਵੀ ਉਹੀ ਸੋਚ ਰਿਹਾ ਸੀ ਵੀ ਹਾਲੇ ਤੱਕ ਤਾਂ ਨਹੀਂ ਆਈ ਹੈਗੀ ਇੰਨੀ ਨੌਬਤ, ਬਾਕੀ ਪੜ੍ਹਾਈ ਥੋੜਾ ਜਿਹਾ ਠੀਕ ਠਾਕ ਹੀ ਸੀਗਾ। ਬਾਕੀ ਕਿਉਂਕਿ ਗੱਲ ਇਹ ਆ ਵੀ ਮੈਂ ਦੂਜੇ ਪਾਸਿਓਂ ਪੂਰਾ ਕਰ ਜਾਂਦਾ ਸੀ, ਐਕਸਟਰਾ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਸੀ ਉਧਰਲੇ ਪਾਸੋਂ ਮੈਂ ਪੂਰਾ ਕਰ ਜਾਂਦਾ ਹੁੰਦਾ ਸੀ ਸਾਰਾ ਕੁਛ। ਚਲੋ ਖੈਰ ਫਿਰ ਜੇ ਇੰਨਾ ਇਹ ਵੀ ਪੁੱਛ ਲਾਂ ਕਿ ਵੀ ਕਿਉਂਕਿ ਚੰਡੀਗੜ੍ਹ ਤੇ ਮੋਹਾਲੀ ਗਿਣਿਆ ਜਾਂਦਾ ਕਿ ਬਈ ਉੱਥੇ ਰੂਲਸ ਬੜੇ ਫੋਲੋ ਕੀਤੇ ਜਾਂਦੇ ਆ, ਤੇ ਕਿੰਨੀ ਵਾਰੀ ਚਲਾਨ ਕਟਾਇਆ ਸ਼ੇਰੀ ਨੇ? ਨਾ ਤਾਂ ਕੋਈ ਆਪਣਾ DSP ਵਾਕਫ ਹੈ ਨਾ ਕੋਈ MLA ਵਾਕਫ ਹੈ, ਇਸ ਕਰਕੇ ਆਪਾਂ ਰੂਲਸ 'ਚ ਹੀ ਰਹੀਦਾ। ਮੇਰਾ ਖਿਆਲ ਇੱਕ ਅੱਧੀ ਵਾਰੀ ਕੱਟਿਆ ਗਿਆ ਹੋਊਗਾ, ਉਹ ਵੀ ਆਈ ਥਿੰਕ ਰੋਂਗ ਪਾਰਕਿੰਗ ਦਾ ਕੱਟਿਆ ਗਿਆ ਸੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਵੀ ਇੱਥੇ ਰੋਂਗ ਪਾਰਕਿੰਗ ਹੈ, ਬਸ ਹੋਰ ਉਦੋਂ ਇਲਾਵਾ ਕਦੇ ਨਹੀਂ। ਬਹੁਤ ਮਜ਼ਾ ਆਇਆ ਜੀ ਤੁਹਾਡੇ ਨਾਲ ਗੱਲ ਕਰਕੇ ਔਰ ਸ਼ਾਨਦਾਰ ਗੱਲਾਂ ਦਾ ਸਫ਼ਰ ਚੱਲਿਆ, ਔਰ ਅਗਲੇ ਹਫ਼ਤੇ ਫਿਰ ਢੋਲ ਵੱਜਦਾ ਦੇ ਵਿੱਚ ਗੱਲ ਕਰਾਂਗੇ ਪੰਜਾਬੀ ਸੰਗੀਤਕ ਸੱਭਿਆਚਾਰ ਦੇ ਵਿੱਚੋਂ ਇੱਕ ਮਣਕੇ ਦੇ ਨਾਲ, ਔਰ ਮਿਊਜ਼ਿਕ ਦੀ ਮਸਤੀ ਇੱਦਾਂ ਹੀ ਚੱਲਦੀ ਰਹੇਗੀ। ਸੁਣਦੇ ਰਹੋ ਮਾਇਆ FM ਜੀਓ ਦਿਲ ਸੇ।